ਪੰਜਾਬੀ ਯੂਨੀਵਰਸਿਟੀ ਪਹੁੰਚੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਟੀਚਰਸ ਦੇ ਵੱਲੋਂ ਵਿਰੋਧ ਕੀਤਾ ਗਿਆ। ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਟੀਚਰਸ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਗਿਆ। ਦੱਸ ਦਈਏ ਕਿ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਚੀਫ਼ ਵਿਪ ਪ੍ਰੋਫੈਸਰ ਬਲਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਤੀਆਂ ਦੇ ਫੈਸਟੀਵਲ ਦੇ ਵਿੱਚ ਸ਼ਿਰਕਤ ਕਰਨੀ ਸੀ ਅਤੇ ਇਸ ਦੌਰਾਨ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਟੀਚਰਸ ਦੇ ਵੱਲੋਂ ਉਹਨਾਂ ਦੀ ਗੱਡੀ ਦਾ ਘਿਰਾਓ ਕਰ ਲਿਆ ਗਿਆ। ਦੱਸ ਦਈਏ ਕਿ ਗੈਸਟ ਫੈਕਲਟੀ ਟੀਚਰਸ ਦਾ ਧਰਨਾ ਜਾਰੀ ਹੈ ਅਤੇ ਉਹਨਾਂ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਉਸ ਸ਼ਰਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਹੁਣ ਉਹਨਾਂ ਦਾ ਰੀਨਿਊਲ ਕੀਤਾ ਜਾਵੇਗਾ ਗੈਸਟ ਫੈਕਲਟੀ ਟੀਚਰ ਵਜੋਂ ਤਾਂ ਦੁਬਾਰਾ ਤੋਂ ਟੈਸਟ ਲਿਆ ਜਾਵੇਗਾ। ਜਦਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਕਈ ਕਈ ਸਾਲ ਤੋਂ ਇਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਨੇ ਤਾਂ ਹੁਣ ਟੈਸਟ ਕਿਸ ਗੱਲੋਂ। ਦੂਜੇ ਪਾਸੇ ਵਿਦਿਆਰਥੀ ਜਿਹੜੇ ਨੇ ਉਹ PTA ਲੈਣ ਦਾ ਵਿਰੋਧ ਕਰ ਰਹੇ ਨੇ ਕਿ PTA ਫੰਡ ਜਿਹੜਾ ਹੈ SC ਵਿਦਿਆਰਥੀਆਂ ਤੋਂ ਨਾ ਲਿਆ ਜਾਵੇ ਤਾਂ ਇਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਘਿਰਾਓ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਉਹਨਾਂ ਦੀ ਗੱਲ CM ਮਾਨ ਤੱਕ ਪਹੁੰਚਾਉਣਗੇ ਅਤੇ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ। ਜਦੋਂ ਪਿਛਲੇ ਲੰਬੇ ਟਾਈਮ ਤੋਂ ਲਗਾਤਾਰ ਵਰਕਿੰਗ ਨੇ, ਲਗਾਤਾਰ ਕੰਟੀਨਿਊਟੀ ਦੇ ਵਿੱਚ ਨੇ, ਅਤੇ ਫਿਰ ਆਫਕੋਰਸ ਇਸ ਵਾਰੀ ਕੋਈ ਨਵਾਂ ਪ੍ਰੋਸੀਜਰ ਰੱਖਿਆ ਗਿਆ ਹੋਣਾ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਇੰਟਰਵਿਊ ਦੀ ਕਾਲ ਦਿੱਤੀ ਹੋਣੀ ਹੈ, ਅਤੇ ਜਿਹੜਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਰਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ। ਇਟਸ ਵੈਰੀ ਰੋਂਗ ਕਿ ਜੇ ਇੰਨੇ ਇੰਨੇ ਸਾਲਾਂ ਤੋਂ ਅਸੀਂ ਪੜ੍ਹਾ ਰਹੇ ਹਾਂ, ਇੰਨੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ, ਤਾਂ ਇਨ ਬਿਟਵੀਨ ਇੰਟਰਵਿਊ ਕਿੱਥੋਂ ਆ ਗਿਆ ਜਿਹੜਾ ਮੈਨੂੰ ਦੱਸਿਆ ਗਿਆ। ਮੈਨੂੰ ਤੁਹਾਡੇ ਸਾਥੀ 4-5 ਮੈਂਬਰਸ ਮਿਲੇ, ਉਹਨਾਂ ਨੇ ਸਾਰੀ ਆਪਣੀ ਸਮੱਸਿਆ, ਸਾਰੀ ਆਪਣੀ ਪ੍ਰੋਬਲਮ ਮੈਨੂੰ ਡਿਟੇਲ ਦੇ ਵਿੱਚ ਦੱਸੀ। ਪੰਜਾਬੀ ਯੂਨੀਵਰਸਿਟੀ ਪਹੁੰਚੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਟੀਚਰਸ ਦੇ ਵੱਲੋਂ ਵਿਰੋਧ ਕੀਤਾ ਗਿਆ। ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਟੀਚਰਸ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਗਿਆ। ਦੱਸ ਦਈਏ ਕਿ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਚੀਫ਼ ਵਿਪ ਪ੍ਰੋਫੈਸਰ ਬਲਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਤੀਆਂ ਦੇ ਫੈਸਟੀਵਲ ਦੇ ਵਿੱਚ ਸ਼ਿਰਕਤ ਕਰਨੀ ਸੀ ਅਤੇ ਇਸ ਦੌਰਾਨ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਟੀਚਰਸ ਦੇ ਵੱਲੋਂ ਉਹਨਾਂ ਦੀ ਗੱਡੀ ਦਾ ਘਿਰਾਓ ਕਰ ਲਿਆ ਗਿਆ। ਦੱਸ ਦਈਏ ਕਿ ਗੈਸਟ ਫੈਕਲਟੀ ਟੀਚਰਸ ਦਾ ਧਰਨਾ ਜਾਰੀ ਹੈ ਅਤੇ ਉਹਨਾਂ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਉਸ ਸ਼ਰਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਹੁਣ ਉਹਨਾਂ ਦਾ ਰੀਨਿਊਲ ਕੀਤਾ ਜਾਵੇਗਾ ਗੈਸਟ ਫੈਕਲਟੀ ਟੀਚਰ ਵਜੋਂ ਤਾਂ ਦੁਬਾਰਾ ਤੋਂ ਟੈਸਟ ਲਿਆ ਜਾਵੇਗਾ। ਜਦਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਕਈ ਕਈ ਸਾਲ ਤੋਂ ਇਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਨੇ ਤਾਂ ਹੁਣ ਟੈਸਟ ਕਿਸ ਗੱਲੋਂ। ਦੂਜੇ ਪਾਸੇ ਵਿਦਿਆਰਥੀ ਜਿਹੜੇ ਨੇ ਉਹ PTA ਲੈਣ ਦਾ ਵਿਰੋਧ ਕਰ ਰਹੇ ਨੇ ਕਿ PTA ਫੰਡ ਜਿਹੜਾ ਹੈ SC ਵਿਦਿਆਰਥੀਆਂ ਤੋਂ ਨਾ ਲਿਆ ਜਾਵੇ ਤਾਂ ਇਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਘਿਰਾਓ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਉਹਨਾਂ ਦੀ ਗੱਲ CM ਮਾਨ ਤੱਕ ਪਹੁੰਚਾਉਣਗੇ ਅਤੇ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ। ਜਦੋਂ ਪਿਛਲੇ ਲੰਬੇ ਟਾਈਮ ਤੋਂ ਲਗਾਤਾਰ ਵਰਕਿੰਗ ਨੇ, ਲਗਾਤਾਰ ਕੰਟੀਨਿਊਟੀ ਦੇ ਵਿੱਚ ਨੇ, ਅਤੇ ਫਿਰ ਆਫਕੋਰਸ ਇਸ ਵਾਰੀ ਕੋਈ ਨਵਾਂ ਪ੍ਰੋਸੀਜਰ ਰੱਖਿਆ ਗਿਆ ਹੋਣਾ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਇੰਟਰਵਿਊ ਦੀ ਕਾਲ ਦਿੱਤੀ ਹੋਣੀ ਹੈ, ਅਤੇ ਜਿਹੜਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਰਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ। ਇਟਸ ਵੈਰੀ ਰੋਂਗ ਕਿ ਜੇ ਇੰਨੇ ਇੰਨੇ ਸਾਲਾਂ ਤੋਂ ਅਸੀਂ ਪੜ੍ਹਾ ਰਹੇ ਹਾਂ, ਇੰਨੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ, ਤਾਂ ਇਨ ਬਿਟਵੀਨ ਇੰਟਰਵਿਊ ਕਿੱਥੋਂ ਆ ਗਿਆ ਜਿਹੜਾ ਮੈਨੂੰ ਦੱਸਿਆ ਗਿਆ। ਮੈਨੂੰ ਤੁਹਾਡੇ ਸਾਥੀ 4-5 ਮੈਂਬਰਸ ਮਿਲੇ, ਉਹਨਾਂ ਨੇ ਸਾਰੀ ਆਪਣੀ ਸਮੱਸਿਆ, ਸਾਰੀ ਆਪਣੀ ਪ੍ਰੋਬਲਮ ਮੈਨੂੰ ਡਿਟੇਲ ਦੇ ਵਿੱਚ ਦੱਸੀ।